सत श्रीकाल जी, मैं सरबजीत सिंह नीटू पी बी 26 न्यूज़ चैनल वेखन वालों सारे स्रोतियां नूं मेरे वालों प्यार भरी सत श्रीकाल। अज असीं पहुंचे हां अपने खन्ने शहर आम आदमी पार्टी तो सरदार बहादुर सरदार धर्मप्रीत सिंह सौन जी, पंजाब का प्रसिद्ध लोक गायक सेखों मानूपुर तो। सो उन्हां दा गाना जिहड़ा कि CM साहब भगवंत मान साहब जिहड़ी सरकार है उन्हां ते बाबा साहब ते भगत सिंह जी उन्हां ते जिगर है, सो उस गाने नूं रिलीज़ ਸਾਡੇ ਖੰਨੇ ਸ਼ਹਿਰ ਦੇ ਵਿਧਾਇਕ ਸਾਹਿਬ ਸੌਂ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਜੀ। ਸਭ ਤੋਂ ਪਹਿਲਾਂ ਮੀਡੀਆ ਦਾ ਜੁੜੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ। ਅੱਜ ਸੇਖੋਂ ਮਾਨੂਪੁਰੀ ਜੀ ਦਾ ਜਿਹੜਾ ਗੀਤ ਹੈ ਆਮ ਆਦਮੀ, ਅੱਜ ਉਹ ਰਿਲੀਜ਼ ਹੋਣ ਜਾ ਰਿਹਾ ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਇਹ ਸਾਰੀ ਸੰਗਤ ਇਕੱਠੀ ਹੋ ਕੇ ਅੱਜ ਮੇਰੇ ਕੋਲ ਪਹੁੰਚੀ ਹੈ ਅਤੇ ਇਹਨਾਂ ਨੇ ਇੱਕ ਪ੍ਰਿਵਿਲੇਜ, ਇੱਕ ਮੌਕਾ ਦਿੱਤਾ ਕਿ ਰਿਲੀਜ਼ ਇਹਨਾਂ ਨੇ ਅੱਜ ਗੀਤ ਮੇਰੇ ਤੋਂ ਕਰਵਾਇਆ। ਔਰ ਵੱਡੀ ਗੱਲ ਇਹ ਹੈ ਕਿ ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਇਹ ਬਹੁਤ ਅੱਛਾ ਗੀਤ ਹੈ ਜਿਹੜਾ ਕਿ ਤੁਸੀਂ ਇਹਨੂੰ ਇੰਟਰੋਡਿਊਸ ਕੀਤਾ, ਔਰ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜਾ ਜ਼ਿਕਰ ਹੈ ਉਹ ਆਮ ਆਦਮੀ ਦਾ ਜ਼ਿਕਰ ਇਹਨਾਂ ਨੇ ਜੋ ਕੀਤਾ, ਔਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿੰਗਰ ਜਿਹੜੇ ਸਾਡੇ ਹੈਗੇ ਨੇ ਸੇਖੋਂ ਮਾਨੂਪੁਰੀ ਜੀ ਅਤੇ ਜਿਹੜੀ ਕੰਪਨੀ ਹੈ ਜਿਹੜੀ ਡਾਲੀ 3007 ਰਿਕਾਰਡ ਇਟਲੀ ਨੇ, ਜੋ ਅਸੀਂ ਇਹ ਆਸ਼ਾ ਕਰਦੇ ਹਾਂ ਕਿ ਸਿੰਗਰ ਸਾਹਿਬ ਅਤੇ ਜਿਹੜੀ ਕੰਪਨੀ ਹੈ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਜੀ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। MLA ਸਾਹਿਬ ਸੁਪਨੇ ਕਰ ਕਮਲਾਂ ਦੇ ਨਾਲ ਇਸ ਗਾਣੇ ਲਾਂਚ ਕੀਤਾ, ਸੋ ਉਹਨਾਂ ਦੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਸੰਗੀਤ ਬੜੀ ਮਿਹਨਤ ਨਾਲ ਤਿਆਰ ਕੀਤਾ, ਹਰਮਿੰਦਰ ਸਿੰਘ ਮਾਹੀ ਜੀ, ਦਰਸ਼ਨ ਸਿੰਘ ਨੂਰ ਜੀ, ਮਹਿੰਦਰ ਸਿੰਘ ਜਸ਼ੀਲਾ ਜੀ, ਅਮਰਜੀਤ ਨਸਰਾਲੀ ਜੀ ਅਤੇ ਹੋਰ ਵੀ ਸਾਡੇ ਮਾਨਯੋਗ ਸਾਡੇ ਦੋਸਤ ਮਿੱਤਰ ਸਾਰੇ ਇੱਥੇ ਪਹੁੰਚੇ ਨੇ, ਸੋ ਆਪਣਾ ਕੀਮਤੀ ਸਮਾਂ ਕੱਢਿਆ, ਧੰਨਵਾਦ। ਮੈਨੂੰ ਦਿਓ ਯਾਦ ਸਰਬਜੀਤ ਸਿੰਘ ਨੀਟੂ PB26 ਨਿਊਜ਼ ਚੈਨਲ, ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟਸ ਕਰਿਓ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਮੇਰੇ ਰੱਬ ਵਰਗੇ ਸਰੋਤੇ, ਜਿੰਨੇ ਵੀ ਮੇਰੇ ਦੋਸਤ ਮੇਰੇ ਨਾਲ ਖੜ੍ਹੇ ਨੇ ਇਸ ਇੱਧਰ ਸਾਡੇ PB26 ਤੋਂ ਚੈਨਲ ਤੋਂ ਖੰਨੇ ਤੋਂ ਜੀ, ਸਰਬਜੀਤ ਨੀਟੂ ਜਿਨ੍ਹਾਂ ਦੇ ਪਿਆਰ ਸਦਕਾ ਅੱਜ ਸਾਡੇ ਸਤਿਕਾਰਯੋਗ ਇਲਾਕੇ ਦੇ MLA ਸਾਹਿਬਾਨ ਸਰਦਾਰ ਤਰਨਪ੍ਰੀਤ ਸੌਂਧ ਜੀ, ਜਿਨ੍ਹਾਂ ਨੇ ਦਾਸ ਨੂੰ ਮਾਣ ਬਖਸ਼ਿਆ, ਉਹਨਾਂ ਨੇ ਮੇਰਾ ਗੀਤ ਆਮ ਆਦਮੀ ਰਿਲੀਜ਼ ਕੀਤਾ ਜੀ, ਮੈਂ ਸਭ ਦਾ ਧੰਨਵਾਦ ਕਰਦਾ, ਥੈਂਕ ਯੂ ਜੀ। ਸੋ ਮੈਂ ਇੱਕ ਹੋਰ ਛੋਟਾ ਜਿਹਾ ਸਵਾਲ ਪੁੱਛਣਾ ਤੁਹਾਨੂੰ ਆਪਣਾ ਸੇਖੋਂ ਸਾਹਿਬ, ਇਹ ਗਾਣਾ ਤੁਹਾਡੇ ਜਹਿਨ 'ਚ ਕਦੋਂ ਆਇਆ? ਗਾਣੇ ਦੇ ਬਾ ਕਮਾਲ ਸ਼ਬਦ ਲਿਖੇ ਨੇ, ਮੌਜੂਦਾ ਸਰਕਾਰ ਆ, ਮੌਜੂਦਾ ਸੱਚਾ ਸੁੱਚਾ ਜਿਹਾ ਕੰਮ ਹੈ, ਤੁਸੀਂ ਇਹ ਗਾਣਾ ਕਦੋਂ ਲਿਖਿਆ, ਇਹ ਕਿੱਦਾਂ? ਅਸਲ ਦੇ ਵਿੱਚ ਇਹ ਨਾ ਹਰ ਇੱਕ ਦੀ ਸੋਚ ਸੀ ਵੀ ਇੱਕ ਪਾਰਟੀ ਨਵੀਂ ਆਵੇ ਤਾਂ ਕਿ ਦੋ ਭਲਵਾਨ ਤਾਂ ਲੜਦੇ ਇੱਕ ਹਾਰ ਜਾਂਦਾ, ਹੁਣ ਤਿੰਨਾਂ ਦੀ ਸਖਤ ਲੜਾਈ ਸੀ ਜਿਹਦੇ ਵਿੱਚੋਂ ਹਰ ਇੱਕ ਇਨਸਾਨ ਨੂੰ ਬੜਾ ਮਾਣ ਸੀ ਵੀ ਉਹ ਬਹੁਤ ਵਧੀਆ ਵਰਤਣ ਵਾਲਾ ਹੋਊਗਾ, ਕਿਉਂਕਿ ਇਹਨਾਂ ਨੇ ਉਹੀ ਕੁਛ ਕਰਕੇ ਦਿਖਾਲਿਆ ਜੋ ਲੋਕ ਚਾਹੁੰਦੇ ਸੀ, ਇਹ ਜਨਤਾ ਸਾਡੀ ਚਾਹੁੰਦੀ ਸੀ ਇਹਨਾਂ ਨੂੰ ਮਾਣ ਦੇਣਾ, ਹੁਣ ਇਹਨਾਂ ਨੇ ਜਨਤਾ ਨੂੰ ਬੇਹੱਦ ਮਾਣ ਬਖਸ਼ਿਆ। ਅਸੀਂ ਭਗਵੰਤ ਮਾਨ ਜੀ ਦੇ, ਬਾਕੀ ਬਾਬਾ ਸਾਹਿਬ ਦੇ, ਭਗਤ ਸਿੰਘ ਜੀ ਦੇ, ਠੀਕ ਹੈ ਜੀ, ਬਾਕੀ ਸਾਰੇ ਆਮ ਆਦਮੀ ਵਰਕਰਾਂ ਦੇ ਜੀ, ਹੈ ਨਾ, ਜਿੰਨੇ ਵੀ ਸਤਿਕਾਰਯੋਗ ਨੇ ਸਭ ਤੋਂ ਵੱਡੇ ਛੋਟੇ, ਹੈ ਨਾ, ਮੈਂ ਸਭ ਦਾ ਧੰਨਵਾਦ ਕਰਦਾ ਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਹਰਮਿੰਦਰ ਮਾਹੀ ਜੀ, ਸੰਗੀਤਕਾਰ, ਕਾਫੀ ਪੁਰਾਣੇ, ਕਾਫੀ ਕਲਾਕਾਰਾਂ ਦੇ ਨਾਲ, ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ। ਮੈਂ ਇੱਕ ਗੱਲ ਮਾਫੀ ਚਾਹੁੰਦਾ, ਬਾਲੀਵੁੱਡ ਸੁਰਗਾਂ 'ਚ ਵਾਸਾ ਹੋਵੇ, ਜਨਾਬ ਲਾਭ ਜੰਜੂਆ ਜੀ ਦੇ ਉਹਨਾਂ ਦੇ ਸ਼ਾਗਿਰਦ ਨੇ ਸੇਖੋਂ ਬਾਈ ਜੀ, ਹਰਮਿੰਦਰ ਮਾਹੀ ਜੀ। ਸੋ ਮਾਹੀ ਜੀ ਤੁਹਾਨੂੰ ਵੀ PB26 ਨਿਊਜ਼ ਵੱਲੋਂ ਬਹੁਤ, ਅਤੇ ਇਸ ਗਾਣੇ ਨੂੰ ਤਿਆਰ ਕੀਤਾ ਤੁਸੀਂ ਅੱਜ MLA ਸਾਹਿਬ ਕੋਲ। ਹਾਂਜੀ ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਨੀਟੂ ਬਾਈ ਜੀ ਦਾ ਬਹੁਤ ਧੰਨਵਾਦ ਕਰਦਾ PB26 ਵਾਲਿਆਂ ਦਾ, ਜਿਨ੍ਹਾਂ ਨੇ ਅੱਜ ਸਾਨੂੰ ਐਡਾ ਇੱਥੇ ਪਿਲਾ ਕੇ ਮਾਣ ਬਖਸ਼ਿਆ, ਅਤੇ ਸਾਡੇ MLA ਸਾਹਿਬ ਤਰਨਪ੍ਰੀਤ ਸੌਂ ਜੀ ਦਾ, ਜਿਨ੍ਹਾਂ ਨੇ ਅੱਜ ਸਾਡਾ ਗਾਣਾ ਆਮ ਆਦਮੀ ਰਿਲੀਜ਼ ਕੀਤਾ, ਅਤੇ ਬੜੀ ਖੁਸ਼ੀ ਹੋਈ ਹੈ, ਅਤੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਸੀ, ਅਸੀਂ ਵੀ ਚਾਹੁੰਦੇ ਸੀ ਵੀ ਕੋਈ ਵਧੀਆ ਹੱਥਾਂ ਨਾਲ ਇਹ ਰਿਲੀਜ਼ ਹੋਵੇ, ਅਤੇ ਉਹ ਪਰਮਾਤਮਾ ਨੇ ਅੱਜ ਸਾਡੇ ਬਾਈ ਦੀ ਬਦੌਲਤ, ਨੀਟੂ ਬਾਈ ਦੀ ਬਦੌਲਤ ਇਹ ਸੁਣੀ ਹੈ। ਬਾਕੀ ਸਾਰੇ ਜਿੰਨੇ ਸਾਡੇ ਮਿੱਤਰ ਪਿਆਰੇ, ਮੇਰੇ ਚਾਚਾ ਜੀ ਚੰਦਨ ਬਘੇਲ ਜੀ, ਮੇਰਾ ਪਾਰਟਨਰ ਮੇਰਾ ਅਮਰਜੀਤ ਬਾਈ, ਇਕੱਠੇ ਕੰਮ ਕਰਦੇ ਹਾਂ ਅਸੀਂ ਹੁਣ ਵੀ, ਅਤੇ ਜਸ਼ੀਲਾ ਜੀ ਸਾਡੇ ਉਸਤਾਦ ਜੀ, ਦਰਸ਼ਨ ਸਿੰਘ ਨੂਰ ਜੀ ਸੇਖੋਂ ਬਾਈ, ਅਤੇ ਨੀਟੂ ਬਾਈ, ਬਾਕੀ ਜਿੰਨੇ ਵੀ ਆਏ ਨੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ, ਅਤੇ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਨ ਸਿੰਘ ਨੂਰ ਜੀ, ਤੁਸੀਂ ਕਲਾਕਾਰਾਂ ਨੂੰ ਹੱਥ ਫੜ ਕੇ ਲਿਆਉਂਦੇ ਹੋ, ਪ੍ਰੋਗਰਾਮ ਐਗਜ਼ੈਕਟ ਐਗਜ਼ੀਕਿਊਟਿਵ ਕਰਦੇ ਹੋ, ਸੇਖੋਂ ਸਾਹਿਬ ਨੂੰ ਮੁਬਾਰਕਾਂ ਤਾਂ ਬਣਦੀਆਂ ਨੇ ਤੁਹਾਡੇ ਵੱਲੋਂ? ਮੁਬਾਰਕਾਂ ਜੀ, ਬਹੁਤ ਬਹੁਤ ਸੇਖੋਂ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
ਕਿ ਮਹਿੰਦਰ ਸਿੰਘ ਜਸ਼ੀਲਾ ਜੀ ਜਿਹੜੇ ਧਾਰਮਿਕ ਲਿਖਦੇ ਵੀ ਨੇ ਗਾਉਂਦੇ ਵੀ ਨੇ, ਸੋ ਮੁਬਾਰਕਾਂ ਦਾ ਹੱਕਦਾਰ ਸਿੱਖੋ ਮਾਨੂ ਪ੍ਰੀਆ, ਬਹੁਤ ਪੁਰਾਣਾ ਕਲਾਕਾਰ ਸਾਡਾ ਭਾਈਚਾਰੇ ਤੋਂ ਸਾਡੇ ਸੀਨੀਅਰ ਤੁਸੀਂ ਹੋ, ਸੋ ਵਧਾਈ ਦੇ ਹੱਕਦਾਰ ਤਾਂ ਸਿੱਖੋ ਸਾਹਿਬ ਹੈਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਭਾਗੇ ਸਮੇਂ 'ਤੇ ਸਿੱਖੋ ਮਾਨੂ ਪ੍ਰੀਆ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ ਸਾਰੀ ਟੀਮ ਨੂੰ। ਹਰਮਿੰਦਰ ਮਾਹੀ ਜਿਨ੍ਹਾਂ ਨੇ ਮਿਊਜ਼ਿਕ ਤਿਆਰ ਕੀਤਾ, ਦਰਸ਼ਨ ਸਿੰਘ ਲੋਰ, ਸਾਡੇ ਬਹੁਤ ਪਿਆਰੇ ਨੇ ਪੱਤਰਕਾਰ ਸਰਬਜੀਤ ਸਿੰਘ, ਅਤੇ ਸਾਡੇ ਬਹੁਤ ਪੁਰਾਣੇ ਸਾਥੀ ਚੰਦਨ ਮਘੇਲ ਜੀ, ਅਤੇ ਉਹਨਾਂ ਦਾ ਵੀ ਧੰਨਵਾਦ ਹੈ। ਅਮਰਜੀਤ ਸਿੰਘ ਹੋਰਾਂ ਦਾ, ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਪੂਰਨ ਸਹਿਯੋਗ ਦਿੱਤਾ। ਰੌਣਕ ਵਧਾਈ ਹੈ, ਬਹੁਤ ਬਹੁਤ ਮੁਬਾਰਕਾਂ ਸਿੱਖੋ ਸਾਹਿਬ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੇ ਹੀ ਨੇ, ਸੋ ਮੈਂ 2 ਮਿੰਟ ਲੈਣਾ ਚਾਹੁੰਦਾ। ਅਮਰਜੀਤ ਨਸਰਾਲੀ ਜੀ ਸਾਡੇ ਸਤਿਕਾਰਯੋਗ ਪਹੁੰਚੇ ਨੇ, ਚੰਦਨ ਸਿੰਘ ਬਘੇਲ ਜੀ ਮੁਬਾਰਕਾਂ ਦਾ ਹੱਕਦਾਰ ਸਾਡਾ ਭਾਈਚਾਰੇ 'ਚੋਂ, ਤੁਹਾਡੇ ਭਾਈਚਾਰੇ 'ਚੋਂ, ਕਲਾਕਾਰਾਂ ਦੇ ਵਿੱਚੋਂ। ਮੇਰੇ ਵੱਲੋਂ ਤਾਂ ਇਹਨਾਂ ਨੂੰ ਸਦਾ ਹੀ ਆਸ਼ੀਰਵਾਦ ਹੈ ਜੀ। ਮੇਰੇ ਕੋਲ ਆਉਂਦੇ ਜਾਂਦੇ ਨੇ ਹਮੇਸ਼ਾ, ਕੋਈ ਗੀਤ ਰਿਕਾਰਡ ਕਰਾਉਣਾ ਹੁੰਦਾ ਹੈ ਤਾਂ ਮੈਨੂੰ ਬੁਲਾ ਲੈਂਦੇ ਨੇ ਸਟੂਡੀਓ 'ਚ। ਮੈਂ ਜਾਂਦਾ ਨਾਲ ਇਹਨਾਂ ਦੇ ਕੋਲ ਖੜਦਾ ਜਾ ਕੇ ਇਹਨਾਂ ਨੂੰ ਸਲਾਹ ਦਿੰਦਾ, ਭਾਈ ਤੂੰ ਇੱਦਾਂ ਕਰ ਦੋ, ਇੱਦਾਂ ਕਰ ਦਿਉ। ਅਤੇ ਮੇਰੇ ਵੱਲੋਂ ਇਹਨਾਂ ਨੂੰ ਬਹੁਤ ਮੁਬਾਰਕਾਂ ਨੇ ਜੀ। ਗੀਤ ਇਹਨਾਂ ਦਾ ਬਹੁਤ ਵਧੀਆ, ਇਹ ਗੀਤ ਬੜਾ ਸੁਣਨ ਵਾਲਾ ਵੀ ਹੈ ਅਤੇ ਸਮਝਣ ਵਾਲਾ ਵੀ ਹੈ ਕਿ ਕਿਹਾ ਕੀ ਹੈ ਵਿੱਚ। ਇਹਨੂੰ ਸੁਣ ਕੇ ਸ਼ੇਅਰ ਜ਼ਰੂਰ ਕਰਨਾ ਜੀ, ਬੜਾ ਪਿਆਰਾ ਗੀਤ ਹੈ ਜੀ। ਬਹੁਤ ਬਹੁਤ ਮੁਬਾਰਕਾਂ ਇਹਨਾਂ ਨੂੰ, ਬਹੁਤ ਮੁਬਾਰਕਾਂ। ਧੰਨਵਾਦ ਜੀ ਸਿੱਖੋ ਸਾਹਿਬ ਮਾਨੂਪੁਰੀਆ। ਹਾਂਜੀ, ਲਾਸਟ ਇਸ ਉਪਰੰਤ ਮੈਂ ਸਭ ਤੋਂ ਪਹਿਲਾਂ ਸਾਡੀ ਕੰਪਨੀ, ਸਾਡੇ ਅਜੀਜ਼ ਦੋਸਤ ਭੰਗੂ ਸਾਹਿਬ ਦੇ ਬੇਟੇ ਜਿਨ੍ਹਾਂ ਦਾ ਨਾਮ ਹੈ ਦਲਵੀਰ ਦਾਲੀ, 3007 ਕੰਪਨੀ ਇਟਲੀ ਤੋਂ ਜਿਨ੍ਹਾਂ ਨੇ ਗਾਣਾ ਰਿਲੀਜ਼ ਕੀਤਾ ਜੀ ਮੇਰਾ, ਮੈਂ ਉਸ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਜੀ। ਵੀਡੀਓ ਸ਼ੇਅਰ ਜੋ ਕੀਤੀ ਹੈ ਉਹ ਕੀਤੀ ਹੈ ਮੇਰੇ ਖਾਨ ਨੇ ਜੀ ਰੋਪੜ ਤੋਂ, ਮੈਂ ਉਹਨਾਂ ਦਾ ਵੀ ਅਤੇ ਮੇਰੇ ਸਾਰੇ ਟੀਮ ਵਰਕਰਾਂ ਦਾ ਅਤੇ ਆਲ ਇੰਡੀਆ ਜਿਹਨੇ ਰੱਬ ਵਰਗੇ ਦੋਸਤ ਨੇ ਜੀ, ਮੈਂ ਸਭ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਜਿੰਨੇ ਵੀ MLA ਸਾਹਿਬ ਨੇ ਉਹਨਾਂ ਦੇ ਨਾਲ ਜੋ ਵੀ ਜੀ ਵਰਕਰ ਕੰਮ ਕਰਦੇ ਨੇ, ਮੈਂ ਸਭ ਦਾ ਧੰਨਵਾਦ ਕਰਦਾ ਜੀ। ਪਿਆਰ ਭਰੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨੇ ਜੀ। ਬਹੁਤ ਬਹੁਤ ਧੰਨਵਾਦ ਜੀ। ਸਾਰੇ ਪੰਜਾਬੀ ਗੀਤਕਾਰ ਗਾਇਕ ਸਾਰੇ ਸੀ ਅੱਜ MLA ਸਾਹਿਬ ਦੇ ਕੋਲ ਪਹੁੰਚੇ ਸੀ, ਗਾਣਾ ਰਿਲੀਜ਼ ਹੋਇਆ। ਮੈਨੂੰ ਦਿਓ ਇਜਾਜ਼ਤ, ਸਰਬਜੀਤ ਸਿੰਘ ਨੀਟੂ, PB26 ਨਿਊਜ਼ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟਸ ਕਰਿਓ, ਅਤੇ ਜਿੰਨੇ ਵੀ ਜੁੜੇ ਨੇ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।